ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ। ਆਹ ਪਰਚੀ 'ਤੇ ਜੋ ਸਮਾਨ ਲਿਖਿਆ ਹੋਇਆ ਸਾਰਾ ਸਮਾਨ ਪਾਇਓ। ਠੀਕ ਆ ਬਾਈ, ਦਿੰਦਾ। ਫੜ ਬਾਈ ਤੇਰਾ ਸਮਾਨ, 880 ਰੁਪਏ ਹੋ ਗਏ ਬਾਈ ਜਾਨ। ਇੱਕ ਪੈਨ ਦੇਣਾ, ਇੱਕ ਮਿੰਟ ਦਿੰਦਾ ਬਾਈ। ਲੈ ਬਾਈ ਪੈਨ। ਚੰਗਾ ਵੀਰੇ। ਚੰਗਾ ਬਾਈ, ਆਹ ਲਓ ਜੀ ਪੈਸੇ। ਚੰਗਾ ਬਾਈ। ਚੰਗਾ ਜੀ। ਇੱਕ ਮਿੰਟ ਬਾਈ ਜਾਨ। ਹਾਂਜੀ ਬਾਈ ਜੀ। ਬਾਈ ਜਾਨ ਆਪਾਂ ਇਕੱਠੇ ਚੱਲਦੇ ਹਾਂ। ਆਜੋ ਆਜੋ ਬਾਈ ਜੀ। ਬਾਈ ਜਾਨ ਇਹ ਸਮਾਨ ਮੈਨੂੰ ਫੜਾ ਦਿਓ, ਮੈਂ ਤੁਹਾਡੀ ਮਦਦ ਕਰੂੰਗਾ। ਨਹੀਂ ਨਹੀਂ ਬਾਈ, ਲੈ ਜਾਂਦਾ ਮੈਂ, ਤੁਸੀਂ ਆਜੋ। ਨਹੀਂ, ਤੁਸੀਂ ਮੈਨੂੰ ਫੜਾ ਦਿਓ, ਮੈਨੂੰ ਤੁਸੀਂ ਆਪਣਾ ਭਾਈ ਸਮਝੋ। ਬਾਈ ਜਾਨ ਤੁਹਾਡਾ ਨਾਮ ਕੀ ਹੈ ਤੇ ਤੁਹਾਡੀ ਇਹ ਬਾਂਹ ਕਿਵੇਂ ਕੱਟ ਗਈ ਸੀ? ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ? ਵੀਰੇ ਜੱਸਾ ਨਾਮ ਆ ਮੇਰਾ, ਇਹ ਬਾਂਹ ਤਾਂ ਬਾਈ ਮੇਰੀ ਬਚਪਨ 'ਚ ਕੱਟ ਗਈ ਸੀ ਵੀਰੇ, ਉਦੋਂ ਤਾਂ ਮੇਰੀ ਸੁਰਤ ਵੀ ਨਹੀਂ ਸੰਭਲੀ ਸੀ। ਠੀਕ ਹੈ ਬਾਈ ਜਾਨ, ਪਰ ਤੁਹਾਨੂੰ ਹੁਣ ਕੋਈ ਤਕਲੀਫ ਨਹੀਂ ਹੁੰਦੀ ਇਸ ਨਾਲ? ਨਾ ਨਾ ਬਾਈ, ਤਕਲੀਫ ਤਾਂ ਨਹੀਂ ਹੁੰਦੀ ਹੁਣ ਇਹਦੀ ਕੋਈ, ਹੁਣ ਤਾਂ ਆਦਤ ਪੈ ਗਈ। ਨਾਲੇ ਬਾਈ ਤੂੰ ਦੱਸ ਆਪਣੇ ਬਾਰੇ, ਕਿੱਥੋਂ ਆਇਆ? ਪਹਿਲਾਂ ਤੈਨੂੰ ਕਦੇ ਦੇਖਿਆ ਨਹੀਂ ਉਰੇ, ਅਤੇ ਨਾਲੇ ਨਾਮ ਕੀ ਆ ਵੀਰੇ ਤੇਰਾ? ਬਾਈ ਜਾਨ ਮੈਂ ਇੱਥੇ ਨਵਾਂ ਹੀ ਆਇਆ, ਮੇਰਾ ਨਾਮ ਆਵਾਸ ਹੈ ਤੇ ਮੈਂ ਆਪਣੇ ਪਰਿਵਾਰ ਨਾਲ ਮਲੇਰਕੋਟਲੇ ਰਹਿੰਦਾ ਸੀ। ਹੁਣ ਮੇਰੇ ਡੈਡੀ ਦੀ ਬਦਲੀ ਪਟਿਆਲੇ ਹੋ ਗਈ ਸੀ, ਤਾਂ ਕਰਕੇ ਸਾਨੂੰ ਇੱਥੇ ਸ਼ਿਫਟ ਕਰਨਾ ਪਿਆ। ਅੱਛਾ, ਹੋਰ ਫਿਰ ਕਿਵੇਂ ਲੱਗਿਆ ਬਾਈ ਪਟਿਆਲਾ? ਹਲੇ ਤੱਕ ਤਾਂ ਬਾਈ ਜਾਨ ਮੈਂ ਇੱਥੇ ਕੁਝ ਦੇਖਿਆ ਨਹੀਂ, ਕਿਉਂਕਿ ਮੈਂ ਇੱਥੇ ਨਵਾਂ ਆਇਆ, ਨਾ ਮੇਰਾ ਕੋਈ ਹਲੇ ਉਰੇ ਮਿੱਤਰ ਆ। ਅੱਛਾ ਅੱਛਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੂੰ ਮੈਨੂੰ ਆਪਣਾ ਦੋਸਤ ਮੰਨ। ਹੁਣ ਤੈਨੂੰ ਮੈਂ ਦਿਖਾਉਣਾ ਹੁਣ ਪੰਜਾਬ ਦੀ ਰੋਇਲ ਸਿਟੀ। ਠੀਕ ਹੈ ਬਾਈ ਜਾਨ। ਲੈ ਵੀਰੇ ਆ ਮੇਰਾ ਘਰ ਆ ਗਿਆ, ਸਮਾਨ ਫੜਾ ਦਿਓ ਮੇਰਾ ਮੈਨੂੰ ਹੁਣ। ਠੀਕ ਹੈ ਬਾਈ ਜਾਨ, ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਓਕੇ ਓਕੇ ਵੀਰੇ, ਆਪਾਂ ਕੱਲ੍ਹ ਨੂੰ ਮਿਲਦੇ ਹਾਂ। ਠੀਕ ਹੈ ਬਾਈ ਜਾਨ, ਖੁਦਾ ਹਾਫਿਜ਼। ਨਾਲੇ ਮੈਨੂੰ ਆਵਾਸ ਮਿਲ ਗਿਆ ਸੀ ਰਸਤੇ ਚ। ਆਵਾਸ ਕੌਣ ਹੁਣ? ਆਵਾਸ ਬਾਪੂ ਨਵਾਂ ਆਇਆ ਆਪਣੇ ਇਲਾਕੇ ਚ, ਮਲੇਰਕੋਟਲੇ ਤੋਂ ਆਏ ਨੇ ਉਹ, ਉਹਦੇ ਡੈਡੀ ਦੀ ਬਦਲੀ ਹੋ ਗਈ ਪਟਿਆਲੇ, ਇੱਥੇ ਰਿਹਾ ਕਰਨਗੇ ਹੁਣ ਉਹ। ਆਵਾਸ ਮੁਸਲਮਾਨ ਆ ਇਹ? ਹਾਂ ਬਾਪੂ ਮੁਸਲਮਾਨ ਆ, ਪਰ ਸੁਭਾਅ ਦਾ ਬਹੁਤ ਵਧੀਆ, ਵਧੀਆ ਦੋਸਤ ਬਣ ਗਿਆ ਮੇਰਾ। ਕੋਈ ਨੀ ਪੁੱਤ, ਜੇ ਸੁਭਾਅ ਦਾ ਬਹੁਤ ਵਧੀਆ ਤਾਂ ਹੈ ਤਾਂ ਮੁਸਲਮਾਨ, ਬਾਲਾ ਬਣਾਉਣ ਦੀ ਲੋੜ ਨਹੀਂ, ਧਿਆਨ ਨਾਲ ਰਹੀ। ਕੋਈ ਨੀ ਬਾਪੂ, ਐਵੇਂ ਨੀ ਕਹੀ ਜਾ, ਚੱਲ ਚੰਗਾ ਮੈਂ ਚੱਲਦਾ ਅੰਦਰ। ਚੱਲ ਚੰਗਾ ਚੰਗਾ ਪੁੱਤ।
हेलो अस्सलाम वालेकुम भाई जान, मैं अब्बास बोल रहा भाई जान। अच्छा अज आप पटियाले चलते हैं, मेरे डैडी वाली गड्डी भी घर ही सी। हाँ भाई जा तो मैं भी पटियाले रहा थी। चलो आ जाओ फिर तुम, आप कट्ठी चलते हैं, ना मैं कम सी। चलो ठीक है भाई जान, मैं आना थोड़े घर। हाँ आ जाओ, तुम सू दिखा मैं पटियाला। ठीक है भाई जान। असलाम वालेकुम भाई जान। सत श्री अकाल, होर सुना किवें आ? वधिया भाई जान, तुसी दसो। वधिया भाई बस, चलो चलिए पटियाले। पहला एक काम करो, गुरु घर अगे गड्डी रोक लियो, आपां मत्था टेक के चलांगे, सवेर दा टाइम आ। हाँ जी चलो ठीक है भाई जान, चलदे आ। सतनाम सतनाम जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। Oh,
ਇੰਜੋਏ ਤਾਂ ਮੈਂ ਅੱਜ ਤੱਕ ਆਪਣੀ ਸਾਰੀ ਲਾਈਫ 'ਚ ਨਹੀਂ ਕੀਤਾ ਜਿੰਨਾ ਤੇਰੇ ਨਾਲ ਇੱਕ ਦੋ ਦਿਨ 'ਚ ਕਰ ਲਿਆ। ਹਾਂ ਯਾਰ ਮੈਨੂੰ ਵੀ ਬਾਈ ਬਹੁਤ ਵਧੀਆ ਲੱਗਿਆ, ਸਾਰੇ ਨਾ ਮੇਰਾ ਬਾਂਹ ਕੱਟੀ ਕਰਕੇ ਬਹੁਤ ਮਜ਼ਾਕ ਉਡਾਉਂਦੇ ਸੀ ਤੇ ਨਾ ਹੀ ਮੇਰਾ ਕੋਈ ਵਧੀਆ ਯਾਰ ਬਣ ਸਕਿਆ, ਤੇਰੇ ਨਾਲ ਦੋ ਦਿਨ ਰਹਿ ਕੇ ਬਾਈ ਬਹੁਤ ਨਜ਼ਾਰਾ ਆਇਆ। ਕੋਈ ਨਹੀਂ ਬਾਈ ਜਾਨ, ਇਹ ਬਾਂਹ ਕੱਟੀ ਹੋਣ 'ਚ ਤੇਰੀ ਕਿਹੜਾ ਕੋਈ ਗਲਤੀ ਆ, ਇਹ ਤਾਂ ਜੋ ਅੱਲਾ ਨੂੰ ਮਨਜ਼ੂਰ ਸੀ ਉਹੀ ਹੋਣਾ ਸੀ। ਕੋਈ ਨਹੀਂ ਬਾਈ ਜਾਨ, ਆਪਾਂ ਸਕੇ ਭਰਾਵਾਂ ਵਾਂਗੂ ਰਹਾਂਗੇ, ਤੁਸੀਂ ਫਿਕਰ ਨਾ ਕਰੋ। ਹਾਂ ਹਾਂ ਬਾਈ, ਪਰਮਾਤਮਾ ਕਰੇ ਆਪਣੀ ਯਾਰੀ ਨੂੰ ਕਦੇ ਨਜ਼ਰ ਨਾ ਲੱਗੇ। ਹਾਂਜੀ ਹਾਂਜੀ ਬੜੇ ਬਾਈ ਜਾਨ। ਹਾਂ ਬਾਈ ਹੁਣ 5 ਵੱਜਣ ਵਾਲੇ ਨੇ, ਨਾਲੇ ਤੂੰ ਬਾਈ ਮੈਨੂੰ ਘਰ ਛੱਡਿਆ। ਹਾਂਜੀ ਚੱਲਦੇ ਹਾਂ, ਪਹਿਲਾਂ ਆਪਾਂ ਮਸਜਿਦ ਚੱਲਦੇ ਹਾਂ, 5 ਵੱਜ ਗਏ, ਨਮਾਜ਼ ਦਾ ਸਮਾਂ ਹੋ ਗਿਆ। ਹਾਂ ਹਾਂ ਬਾਈ ਜ਼ਰੂਰ ਚੱਲਦੇ ਹਾਂ, ਨਾਲੇ ਇਸ ਬਹਾਨੇ ਮੈਂ ਵੀ ਦਰਸ਼ਨ ਕਰ ਲੂੰਗਾ। ਚੱਲ ਵੀਰੇ ਚੱਲੀਏ। ਹਾਂਜੀ ਚੱਲਦੇ ਹਾਂ ਬਾਈ ਜਾਨ। ਚਲੋ ਬਾਈ ਜਾਨ ਹੁਣ ਤੁਹਾਨੂੰ ਘਰੇ ਛੱਡ ਕੇ ਆਉਣਾ ਮੈਂ। ਲਓ ਬਾਈ ਜਾਨ ਆ ਗਿਆ ਤੁਹਾਡਾ ਘਰ। ਓਕੇ ਬਸ ਕੱਲ ਮਿਲਦੇ ਹਾਂ ਫਿਰ, ਅਸਲਾਮ ਵਾਲੇਕਮ। ਠੀਕ ਹੈ ਬਾਈ ਜਾਨ, ਸਤਿ ਸ੍ਰੀ ਅਕਾਲ। ਓ ਯਾਰੀ ਲਾਈ ਨਹੀਂ ਉਹਦੇ ਕੇ ਰਿਲੀਜਨ ਕਦੇ, ਜੱਜ ਕਰਿਆ ਨੀ ਕਿਸੇ ਦਾ ਵੀ ਵਿਜਨ ਕਦੇ, ਕਾਸਟ ਕਿਸੇ ਦੀ ਉੱਥੇ ਮੈਟਰ ਨੀ ਕਰਦੀ, ਰੰਗ ਦੇਖ ਲਏ ਨੀ ਡਿਸੀਜਨ ਕਦੇ, ਜੱਟ ਦੇ ਕਰੂ ਚ ਸਾਰੇ ਧਰਮਾਂ ਦੇ ਯਾਰ ਨੇ। ਜੱਤੇ ਕਿੱਧਰੋਂ ਆਇਆ ਤੂੰ? ਬਾਪੂ ਆਵਾਸ ਨਾਲ ਗਿਆ ਹੋਇਆ ਸੀ, ਉਹਦੇ ਕੋਲ ਹੀ ਆਇਆ। ਆਵਾਸ 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 ਬਸ ਹੁਣ ਬਹੁਤ ਹੋ ਗਿਆ ਜੱਸੇ, ਆਪਾਂ ਸਿੱਖ ਹਾਂ ਉਹ ਮੁਸਲਮਾਨ ਨੇ, ਆਪਾਂ ਕਦੇ ਇੱਕ ਨਹੀਂ ਹੋ ਸਕਦੇ, ਤੂੰ ਸਮਝਦਾ ਕਿਉਂ ਨਹੀਂ? ਲੈ ਬਾਪੂ ਤੂੰ ਇੰਨਾ ਪੜ੍ਹਿਆ ਲਿਖਿਆ ਹੋ ਕੇ ਅਜੇ ਵੀ ਧਰਮ 'ਚ ਭੇਦਭਾਵ ਕਰਦਾ। ਬਾਪੂ ਫੇਰ ਕੀ ਹੋ ਗਿਆ ਜੇ ਆਪਾਂ ਸਿੱਖ ਹਾਂ ਮੁਸਲਮਾਨ ਹਾਂ, ਇਹ ਧਰਮ ਦੇ ਭੇਦਭਾਵ ਤੋਂ ਪਹਿਲਾਂ ਆਪਾਂ ਇੱਕ ਇਨਸਾਨ ਹਾਂ ਅਤੇ ਇਨਸਾਨੀਅਤ ਕੋਈ ਧਰਮ ਭੇਦਭਾਵ ਨਹੀਂ ਦੇਖਦੀ। ਨਹੀਂ ਜੱਸੇ ਤੂੰ ਸਮਝਦਾ ਨਹੀਂ ਹੈਗਾ, ਤੂੰ ਦੂਰ ਰਹਿ ਉਸ ਤੋਂ। ਬਾਪੂ ਸਮਝਦਾ ਤਾਂ ਤੂੰ ਨਹੀਂ, ਗੁਰੂ ਨਾਨਕ ਦੇਵ ਜੀ ਮੱਕੇ ਗਏ ਸੀ, ਸਿੱਖਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਆਪਦਾ ਪੀਰ ਮੰਨਦੇ ਨੇ, ਤੇ ਤੂੰ ਸਾਨੂੰ ਧਰਮ ਦੇ ਨਾਂ ਤੇ ਅਲੱਗ ਕਰਨ ਨੂੰ ਫਿਰਦਾ? ਇਹ ਸਭ ਮੈਨੂੰ ਨਹੀਂ ਪਤਾ ਹੈਗਾ, ਬਸ ਅੱਜ ਤੋਂ ਬਾਅਦ ਤਾਂ ਆਵਾਸ ਨੂੰ ਨਹੀਂ ਮਿਲਣਾ, ਬਸ ਤੈਨੂੰ ਅੱਜ ਮੈਂ ਆਖਰੀ ਵਾਰ ਕਹਿਤਾ, ਚੱਲ ਅੰਦਰ। ਜੱਸੇ ਬਾਈ ਜਾਨ ਨੂੰ ਫੋਨ ਕਰਦਾ, ਕਿਤੇ ਘੁੰਮਣ ਚੱਲਦੇ ਆ। ਆਵਾਸ ਦਾ ਫੋਨ ਯਾਰ, ਕਿਵੇਂ ਫੋਨ ਚੱਕਾਂ ਹੁਣ ਇਹਦਾ ਯਾਰ, ਜਿਹਦਾ ਫੋਨ ਚੱਕੂੰਗਾ ਡੈਡੀ ਗੁੱਸੇ ਹੋਣਗੇ। ਫੋਨ ਕਿਉਂ ਨਹੀਂ ਚੱਕ ਰਿਹਾ ਇਹ? ਫੋਨ ਨਹੀਂ ਚੱਕ ਰਿਹਾ ਹੈ, ਚਲੋ ਘਰੇ ਚੱਲਦੇ ਹਾਂ, ਕੀ ਪਤਾ ਸੁੱਤੇ ਪਏ ਹੋਣ।
ਬਾਈ ਜਾਨ ਉਹ ਜੱਸੇ ਬਾਈ ਜਾਨ ਕਿਹੜਾ ਹੈ ਹੱਕ ਜਿਹਾ ਮਾਰਦਾ ਇਹਦਾ ਆਵਾਜ਼ ਹੈ ਅੱਜ ਨੂੰ ਮੈਂ ਦੇਖਦਾ ਦੇਖਦਾ ਜਾ ਕੇ ਮੈਂ ਜੱਸੇ ਤੂਰੀ ਬੈਠ ਮੈਂ ਦੇਖਦਾ ਜਾ ਕੇ ਆਵਾਜ਼ ਨੂੰ ਅੱਜ ਉਹਦਾ ਕਦਮ ਮੈਂ ਕਰਦਾ ਮੰਦਰ ਵੇਲੀ ਜੱਸੇ ਹਾਂ ਕੀ ਗੱਲ ਹੈ ਤੂੰ ਕਦੋਂ ਦਾ ਦੱਸਾ ਦੱਸਾ ਕਰੀ ਜਾਂਦਾ ਕੁਝ ਨਹੀਂ ਤਾਰੇ ਜਾਨ ਜੱਸਾ ਕਿੱਥੇ ਹੈ ਉਹ ਜੱਸਾ ਹੈਗਾ ਘਰੇ ਮਾੜੇ ਉਹ ਤੇਰੇ ਲਈ ਇੰਨਾ ਵਿਹਲਾ ਨਹੀਂ ਹੈਗਾ ਮਾੜੇ ਤੂੰ ਮੁਸਲਿਮ ਅਸੀਂ ਸਿੱਖ ਹਾਂ ਮਾੜੇ ਅੱਜ ਤੋਂ ਲੋੜ ਨਹੀਂ ਬੁਲਾਉਣ ਦੇ ਉਹਨੂੰ ਇੰਨਾ ਦੂਰ ਰਹੇਗਾ ਉਹਨਾਂ ਠੀਕ ਆ ਜਾਏਗਾ ਪਰ ਅੰਕਲ ਪਰ ਕੀ ਤੈਨੂੰ ਕਿਹਾ ਨਾ ਤਾਂ ਬੁਲਾਉਣਾ ਨਹੀਂ ਉਹਨੂੰ ਤਾਂ ਨਿਕਲ ਉਰੋਂ ਲੇਖਾਂ ਦੇ ਵਿੱਚ ਫਰਕ ਕਿਉਂ ਕਰਦਾ ਜਦ ਇੱਕ ਮਿੱਟੀ ਦਾ ਬਣਿਆ ਬੰਦਾ ਕਿਉਂ ਸਿਆਸਤ ਦੀਆਂ ਉਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਕਿਉਂ ਨਫ਼ਰਤ ਦਾ ਬੋਝ ਵਜ਼ਨ ਵਿੱਚ ਭਾਰਾ ਹੋਣਾ ਜਾਰੀ ਹੈ ਪਿਆਰ ਦੀਆਂ ਸੀ ਭਰੀਆਂ ਗਠੜੀਆਂ ਖਾਲੀ ਹੋ ਕੇ ਰਹਿ ਗਈਆਂ ਬਾਈ ਸਮਾਨ ਵੀ ਘੱਟ ਗਿਆ ਯਾਰ ਤੋੜ ਵੀ ਬਹੁਤ ਲੱਗ ਰਹੀ ਹੈ ਨਾ ਸਾਲਾ ਪੈਸਾ ਕੋਲ ਐਂ ਕਰਦੇ ਹਾਂ ਰੋਡ 'ਤੇ ਚੱਲਦੇ ਹਾਂ ਕੋਈ ਆ ਰਿਹਾ ਹੋਊ ਘੇਰਦੇ ਹਾਂ ਸਾਲੇ ਨੂੰ ਚੱਲ ਬਾਈ ਓਏ ਕੋਈ ਆ ਤਾਂ ਰਿਹਾ ਨਹੀਂ ਯਾਰ ਸੜਕ 'ਤੇ ਮੇਰਾ ਤਾਂ ਬੁਰਾ ਹਾਲ ਹੈ ਨਸ਼ੇ ਬਿਨਾਂ ਮੈਂ ਤਾਂ ਮਰ ਜੂੰ ਯਾਰ ਬਾਈ ਓਏ ਕੋਈ ਉਹ ਹੁੰਦਾ ਹੋਵੇ ਮੋਟਰਸਾਈਕਲ ਉਹ ਆ ਰਹੇ ਨੇ ਦੋ ਬੰਦੇ ਚੱਲ ਆ ਜਾ ਘੇਰਦੇ ਆ ਨਾ ਉਹ ਘੇਰਦੇ ਇਹ ਤਾਂ ਮੈਨੂੰ ਜੱਸਾ ਦੇ ਤਾਇਆ ਜਾਣ ਲੱਗਦੇ ਨੇ ਇਹ ਕੌਣ ਕੁੱਟ ਰਹੇ ਨੇ ਇਹਨਾਂ ਨੂੰ ਸਦਾ ਨਾਲ ਤਰਦੇ ਨੇ ਵੱਲੀਏ ਕਿਵੇਂ ਲੰਘ ਜੂ ਕੋਈ ਧੂਰੀ ਵੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਕੌਣ ਸੱਟ ਤਾਂ ਨਹੀਂ ਲੱਗੀ ਤੇਰੇ ਹਾਂ ਪੁੱਤ ਠੀਕ ਹਾਂ ਅਸੀਂ ਮੇਰਾ ਬਹੁਤ ਬਹੁਤ ਧੰਨਵਾਦ ਬਸ
तू अज साडी जान बचाई जबकि मैं तो तेनू बुलाउण ही हट गया सी। ओ ना ना जस्से भाई जान एवे ना कहो माफ करी आवास पुत मैं तेरा अलग धर्म समझ के जस्से नू मैं तेरे नाल मिलन तो रोकदा सी पर तू ही पुत अज साडी जान बचाई मैं समझदार हो के भी जात पात च भेद भाव करता रहा मैनू अपने आप ते बहुत शर्म आउंदी है। कोई गल नहीं ताया जान तुसी शर्मिंदा ना हो सवेर दा भुलिया शाम नू जिहड़ा घर आ जे उहनू भुलिया नहीं कहिंदे थोनू थोड़ी गलती दा एहसास तां होया चलो ये भी बहुत वड्डी गल आ। हाँ बापू आवास बिलकुल सही कह रहा अगे तो सब नू यही सुनेहा दिओ हिंदू मुस्लिम सिख ईसाई आपां सारे भाई भाई। हाँ जी भाई जान तुसी मेरे दिल की गल कहती चलो पुत घर नू चलदे घरे जाके बैठदे आ। नहीं एक मिनट रुको ताया जी मुस्लिम सिख हिंदू या ईसाई सारे इको रब दे बंदे ने जात पात धर्म भेद बस रह गए अजकल धंदे ने फुट पवाउण लई सरकारां नफरत फैलाउंदियां ने आपी सारियां करके साजिशां धर्म दे नां ते लड़ाउंदियां ने बाठा धर्म देखण तो पहलां इंसानियत वल कर ध्यान लई कट्टू वालिया एक बराबर समझी सब नूं धर्म दे नां ते किसे नूं चंगा माड़ा ना कहीं धर्म के नाते किसी नूं चंगा माड़ा ना कहीं। सत श्री अकाल जी सारे नूं जे तुहानूं साडी वीडियो वधिया लगी लाइक शेयर कमेंट करके जरूर दस्यो ते चैनल नूं सबसक्राइब जरूर कर लो जे तुहाने अगे तो वधिया वधिया वीडियो देखने तां चैनल नूं पहलां सबसक्राइब कर लो ते बैल आइकॉन नूं दब लो ताकि तुहानूं सब तों पहलां नोटिफिकेशन मिल सके ते कमेंट करके दस्यो ते इक कमेंट करके दस्यो वी अगे तो असीं किहड़ी वीडियो बनाईए जे तुहाडे दिमाग च कॉन्सैप्ट हैगा ਅਸੀਂ ਜ਼ਰੂਰ ਚੱਕਾਂਗੇ ਉਹ ਕਮੈਂਟ ਨੂੰ ਇੱਕ ਵਾਰ ਤੁਸੀਂ ਕਮੈਂਟ ਲਿਖੋ ਜੇ ਸਾਨੂੰ ਵਧੀਆ ਲੱਗਿਆ ਜ਼ਰੂਰ ਉਸ ਦੇ ਬਾਰੇ ਸੋਚਾਂਗੇ ਅਤੇ ਉਹਨੂੰ ਸਟੋਰੀ ਵਿੱਚ ਪਾਵਾਂਗੇ ਜਿਹੜਾ ਕਮੈਂਟ ਸਭ ਤੋਂ ਵਧੀਆ ਹੋਊਗਾ। ਓਕੇ ਥੈਂਕ ਯੂ।